ਪੰਜਾਬ ਨੂੰ ਨਵੇਂ ਮੰਤਰੀ ਮਿਲ ਚੁੱਕੇ ਨੇ ਔਰ ਵਿਭਾਗਾਂ ਦੀ ਵੰਡ ਵੀ ਬੜੇ ਹੀ ਸੱਚੇ ਤੇ ਸੁਚਾਰੂ ਢੰਗ ਦੇ ਨਾਲ ਹੋ ਚੁੱਕੀ ਹੈ। ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ, ਲਹਿਰੇਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੋਧ, ਇਸ ਤੋਂ ਇਲਾਵਾ ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਜਿਮਣੀ ਚੋਣ ਤੋਂ ਜੇਤੂ ਮਹਿੰਦਰ ਭਗਤ ਨੇ ਮੰਤਰੀ ਵਜੋਂ ਅੱਜ ਸਹੁੰ ਚੁੱਕ ਸਮਾਗਮ ਦੇ ਵਿਚ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਚ 2.5 ਸਾਲਾਂ ਦੇ ਵਿਚ ਚੌਥੀ ਵਾਰੀ ਮੰਤਰੀ ਫੇਰਬਦਲ ਹੋਇਆ ਹੈ, ਜਿਸ ਦੇ ਵਿਚ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ਵਿਧਾਇਕਾਂ ਨੂੰ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਾਈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮੰਤਰੀ ਨੂੰ ਕਿਹੜਾ ਮੰਤਰੀ ਮੰਡਲ ਦਿੱਤਾ ਗਿਆ। ਹਰਦੀਪ ਸਿੰਘ ਮੁੰਡਿਆ ਮਾਲ ਨੂੰ ਮੁੜ ਵੇਸਪਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ੀ ਅਤੇ ਸ਼ਹਿਰੀ ਵਿਕਾਸ, ਇਸ ਤੋਂ ਇਲਾਵਾ ਤਰਨਪ੍ਰੀਤ ਸਿੰਘ ਸੋਧ ਨੂੰ ਸੈਰ ਸਪਾਟਾ ਤੇ ਸਭਿਆਚਾਰ, ਉਦਯੋਗ ਤੇ ਵਪਾਰ, ਪੇਂਡੂ ਤੇ ਪੰਚਾਇਤ ਵਿਭਾਗ ਦਿੱਤਾ ਗਿਆ। ਡਾਕਟਰ ਰਵਜੋਤ ਸਿੰਘ ਲੋਕਵਾਦੀ ਤੇ ਪਾਰਲੀਮੈਂਟ ਮਾਮਲੇ ਦਿੱਤੇ ਗਏ ਨੇ। ਬਰਿੰਦਰ ਕੁਮਾਰ ਗੋਇਲ ਨੂੰ ਮਾਈਨਿੰਗ, ਜਲ ਸਰੋਤ, ਜਲ ਤੇ ਜ਼ਮੀਨ ਸੰਭਾਲਣ ਦੀ ਮੰਤਰੀ ਮੰਡਲ ਸੌਂਪ ਦਿੱਤਾ ਗਿਆ। ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸ, ਆਜ਼ਾਦੀ ਗੁਲਾਟੀਆ, ਬਾਗਬਾਨੀ ਵਿਭਾਗ ਸੌਂਪ ਦਿੱਤਾ ਗਿਆ। ਇਸ ਦੇ ਨਾਲ ਬਾਕੀ ਮੰਤਰੀ ਮੰਡਲ ਦੀ ਵੀ ਲਿਸਟ ਜਾਰੀ ਕੀਤੀ ਗਈ ਹੈ। ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ, ਲਹਿਰੇਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੋਧ, ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਚੋਣਾਂ ਤੋਂ ਜਿਮਣੀ ਚੋਣ ਜੇਤੂ ਮਹਿੰਦਰ ਭਗਤ ਨੂੰ ਵੀ ਮੰਤਰੀ ਵਜੋਂ ਅੱਜ ਹਲਫ਼ਨਾਮਾ ਉਹਨਾਂ ਨੇ ਚੱਕ ਲਿਆ। ਜਲੰਧਰ ਪੱਛਮੀ ਤੋਂ ਜਿਮਣੀ ਚੋਣ ਜੇਤੂ ਮਹਿੰਦਰ ਭਗਤ ਨੇ ਵੀ ਮੰਤਰੀ ਵਜੋਂ ਹਲਫ ਲਿਆ। ਤੇ ਪੰਜਾਬ ਨੂੰ ਨਵੇਂ 5 ਮੰਤਰੀ ਮਿਲ ਚੁੱਕੇ ਨੇ। ਵੱਡਾ ਫੇਰਬਦਲ ਇੱਕ ਵਾਰ ਫਿਰ ਤੋਂ 2.5 ਸਾਲਾਂ ਦੇ ਦਰਮਿਆਨ ਹੋਇਆ ਔਰ ਇਹ ਮੰਤਰੀਆਂ ਨੂੰ ਵੱਡੇ ਅਹੁਦੇ ਤੇ ਜ਼ਿੰਮੇਦਾਰੀਆਂ ਸੌਂਪ ਦਿੱਤੀਆਂ ਗਈਆਂ ਨੇ। ਹੁਣ ਆਉਣ ਵਾਲਾ ਕੁਝ ਸਮਾਂ ਤੈਅ ਕਰੇਗਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਚੁਣੇ ਗਏ ਇਹ ਨਵੇਂ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੀ ਟੀਮ ਦੇ ਵਿੱਚ ਸ਼ਾਮਲ ਹੋਣ ਮਗਰੋਂ ਕਿਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਕਰਦੇ ਨੇ। ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਇਹਨਾਂ ਤੇ ਬਹੁਤ ਹੀ ਭਰੋਸਾ ਜਤਾਇਆ ਗਿਆ ਔਰ ਇਹ ਵੀ ਗੱਲ ਕਹੀ ਗਈ ਹੈ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਜਿਹੜੇ ਨਵੇਂ ਮੰਤਰੀ ਸ਼ਾਮਲ ਕੀਤੇ ਨੇ ਉਹ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਕੰਮ ਕਰਨਗੇ। ਬਾਕੀ ਮੰਤਰੀਆਂ ਬਾਰੇ ਹਾਲੇ ਤੱਕ ਕੁਝ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇਹ ਗੱਲ ਜ਼ਰੂਰ ਮੀਡੀਆ ਦੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਪਿਛਲੇ 2.5 ਸਾਲਾਂ ਦੇ ਦਰਮਿਆਨ ਕੁਝ ਖਾਸ ਕਾਰਗੁਜ਼ਾਰੀ ਨਹੀਂ ਕੀਤੀ ਗਈ ਔਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਨਿਲ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਵੱਡਾ ਫੇਰਬਦਲ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਮੰਡਲ 'ਚ ਕੀਤਾ ਜਾਂਦਾ ਔਰ ਅੱਜ ਸਹੁੰ ਚੁੱਕ ਸਮਾਗਮ ਦੇ ਵਿੱਚੋਂ ਵੱਖ ਵੱਖ ਮੰਤਰੀਆਂ ਨੂੰ ਆਪਣੇ ਅਹੁਦੇ ਸੌਂਪ ਦਿੱਤੇ ਜਾਂਦੇ ਨੇ ਔਰ ਵਿਭਾਗ ਵੀ ਦੇ ਦਿੱਤੇ ਗਏ ਨੇ। ਪੰਜਾਬ ਨੂੰ ਨਵੇਂ ਮੰਤਰੀ ਮਿਲ ਚੁੱਕੇ ਨੇ ਔਰ ਵਿਭਾਗਾਂ ਦੀ ਵੰਡ ਵੀ ਬੜੇ ਹੀ ਸੱਚੇ ਤੇ ਸੁਚਾਰੂ ਢੰਗ ਦੇ ਨਾਲ ਹੋ ਚੁੱਕੀ ਹੈ। ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ, ਲਹਿਰੇਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੋਧ, ਇਸ ਤੋਂ ਇਲਾਵਾ ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਜਿਮਣੀ ਚੋਣ ਤੋਂ ਜੇਤੂ ਮਹਿੰਦਰ ਭਗਤ ਨੇ ਮੰਤਰੀ ਵਜੋਂ ਅੱਜ ਸਹੁੰ ਚੁੱਕ ਸਮਾਗਮ ਦੇ ਵਿੱਚ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 2.5 ਸਾਲਾਂ ਦੇ ਵਿੱਚ ਚੌਥੀ ਵਾਰੀ ਮੰਤਰੀ ਫੇਰਬਦਲ ਹੋਇਆ ਹੈ, ਜਿਸ ਦੇ ਵਿੱਚ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ਵਿਧਾਇਕਾਂ ਨੂੰ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਾਈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮੰਤਰੀ ਨੂੰ ਕਿਹੜਾ ਮੰਤਰੀ ਮੰਡਲ ਦਿੱਤਾ ਗਿਆ। ਹਰਦੀਪ ਸਿੰਘ ਮੁੰਡਿਆ ਮਾਲ ਨੂੰ ਮੁੜ ਵੇਸਪਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ੀ ਅਤੇ ਸ਼ਹਿਰੀ ਵਿਕਾਸ, ਇਸ ਤੋਂ ਇਲਾਵਾ ਤਰਨਪ੍ਰੀਤ ਸਿੰਘ ਸੋਧ ਨੂੰ ਸੈਰ ਸਪਾਟਾ ਤੇ ਸਭਿਆਚਾਰ, ਉਦਯੋਗ ਤੇ ਵਪਾਰ, ਪੇਂਡੂ ਤੇ ਪੰਚਾਇਤ ਵਿਭਾਗ ਦਿੱਤਾ ਗਿਆ। ਡਾਕਟਰ ਰਵਜੋਤ ਸਿੰਘ ਲੋਕਵਾਦੀ ਤੇ ਪਾਰਲੀਮੈਂਟ ਮਾਮਲੇ ਦਿੱਤੇ ਗਏ ਨੇ। ਬਰਿੰਦਰ ਕੁਮਾਰ ਗੋਇਲ ਨੂੰ ਮਾਈਨਿੰਗ, ਜਲ ਸਰੋਤ, ਜਲ ਤੇ ਜ਼ਮੀਨ ਸੰਭਾਲਣ ਦੀ ਮੰਤਰੀ ਮੰਡਲ ਸੌਂਪ ਦਿੱਤਾ ਗਿਆ। ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸ, ਆਜ਼ਾਦੀ ਗੁਲਾਟੀਆ, ਬਾਗਬਾਨੀ ਵਿਭਾਗ ਸੌਂਪ ਦਿੱਤਾ ਗਿਆ। ਇਸ ਦੇ ਨਾਲ ਬਾਕੀ ਮੰਤਰੀ ਮੰਡਲ ਦੀ ਵੀ ਲਿਸਟ ਜਾਰੀ ਕੀਤੀ ਗਈ ਹੈ। ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ, ਲਹਿਰੇਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੋਧ, ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਚੋਣਾਂ ਤੋਂ ਜਿਮਣੀ ਚੋਣ ਜੇਤੂ ਮਹਿੰਦਰ ਭਗਤ ਨੂੰ ਵੀ ਮੰਤਰੀ ਵਜੋਂ ਅੱਜ ਹਲਫ਼ਨਾਮਾ ਉਹਨਾਂ ਨੇ ਚੱਕ ਲਿਆ।
ਜਲੰਧਰ ਪੱਛਮੀ ਤੋਂ ਜਿਮਣੀ ਚੋਣ ਜੇਤੂ ਮਹਿੰਦਰ ਭਗਤ ਨੇ ਵੀ ਮੰਤਰੀ ਵਜੋਂ ਹਲਫ ਲਿਆ ਤੇ ਪੰਜਾਬ ਨੂੰ ਨਵੇਂ 5 ਮੰਤਰੀ ਮਿਲ ਚੁੱਕੇ ਨੇ। ਵੱਡਾ ਫੇਰਬਦਲ ਇੱਕ ਵਾਰ ਫਿਰ ਤੋਂ 2.5 ਸਾਲਾਂ ਦੇ ਦਰਮਿਆਨ ਹੋਇਆ ਔਰ ਇਹ ਮੰਤਰੀਆਂ ਨੂੰ ਵੱਡੇ ਅਹੁਦੇ ਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਨੇ। ਹੁਣ ਆਉਣ ਵਾਲਾ ਕੁਝ ਸਮਾਂ ਤੈਅ ਕਰੇਗਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਚੁਣੇ ਗਏ ਇਹ ਨਵੇਂ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੀ ਟੀਮ ਦੇ ਵਿੱਚ ਸ਼ਾਮਲ ਹੋਣ ਮਗਰੋਂ ਕਿਸ ਤਰੀਕੇ ਦੇ ਨਾਲ ਕਾਰਗੁਜ਼ਾਰੀ ਕਰਦੇ ਨੇ। ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਇਹਨਾਂ ਤੇ ਬਹੁਤ ਹੀ ਭਰੋਸਾ ਜਤਾਇਆ ਗਿਆ ਔਰ ਇਹ ਵੀ ਗੱਲ ਕਹੀ ਗਈ ਹੈ ਕਿ ਮੈਨੂੰ ਪਤਾ ਹੈ ਕਿ ਹੁਣ ਮੇਰੇ ਜਿਹੜੇ ਨਵੇਂ ਮੰਤਰੀ ਸ਼ਾਮਲ ਕੀਤੇ ਨੇ ਉਹ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਕੰਮ ਕਰਨਗੇ। ਬਾਕੀ ਮੰਤਰੀਆਂ ਬਾਰੇ ਹਾਲੇ ਤੱਕ ਕੁਝ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇਹ ਗੱਲ ਜ਼ਰੂਰ ਮੀਡੀਆ ਦੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਪਿਛਲੇ 2.5 ਸਾਲਾਂ ਦੇ ਦਰਮਿਆਨ ਕੁਝ ਖਾਸ ਕਾਰਗੁਜ਼ਾਰੀ ਨਹੀਂ ਕੀਤੀ ਗਈ ਔਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਨਿਲ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਵੱਡਾ ਫੇਰਬਦਲ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਮੰਡਲ 'ਚ ਕੀਤਾ ਜਾਂਦਾ ਔਰ ਅੱਜ ਸਹੁੰ ਚੁੱਕ ਸਮਾਗਮ ਦੇ ਵਿੱਚੋਂ ਵੱਖ ਵੱਖ ਮੰਤਰੀਆਂ ਨੂੰ ਆਪਣੇ ਅਹੁਦੇ ਸੌਂਪ ਦਿੱਤੇ ਜਾਂਦੇ ਨੇ ਔਰ ਵਿਭਾਗ ਵੀ ਦੇ ਦਿੱਤੇ ਗਏ ਨੇ।